रूपनगर दे ब्लाक श्री चमकौर साहिब दे नेड़े पैंदे पिंड चूड़ माजरे विच इक दिल दहलाउण वाली घटना सामने आई है। इश्क च अन्नी होई एक महिला ने अपने आशिक नाल मिल के अपने ही पति नूं मौत दे घाट उतार दिता। हरजीत सिंह ने कदे सुपने च नहीं सोचा होवेगा कि उसने जिस दे नाल चार लावां लैके जिंदगी भर एक दूजे दा साथ निभाउण दे वादे कीते सन, आखर ओही जीवन साथण उसदी मौत दा कारण बनेगी। हरजीत सिंह दी पत्नी जसवीर कौर जो कि कुलविंदर सिंह वासी पिंड कंदोला टपरिया दे प्यार च अन्नी होई सी, उसने अपने आशिक नाल मिल के अपने पति हरजीत दा बेरहमी नाल कतल कर दिता। इश्क विच अन्नी होई जसवीर कौर ने अपने पति दा कतल करन तो पहला अपने दो छोटे छोटे बच्चियां दा भी ख्याल नहीं कीता। कतल तो बाद इह कातल पत्नी अपने पति दा संस्कार करन दे चक्कर विच सी, परंतु कहंदे ने कि जुर्म कदी छिपिया नहीं रह सकदा। जदों इस दी सू पिंड दे लोकां ते रिश्तेदारां नूं लगी तां उन्हां ने मौके ते पुलिस सद लई। गलबात है जी, ये मेरी मासी का नगर है जी, मेरी मासी इत्थे ब्याही हुई है ते उहदे बेटा ता मेरा पिंड नजदीक है अमराला। अच्छा जी। ते साढ़े कोल सवेरे सुनेहा गया है, साढ़े पिंड का कोई व्यक्ति इत्थे अपने रिश्तेदारी मिलन आया सी जी, ते उन्होंने सानू सुनेहा दिता भी थोड़ा रिश्तेदारी च मरगत हो गई, थोड़ा मुंडा मारता। अच्छा जी। ਤੁਹਾਨੂੰ ਉਹ ਪੁੱਛਿਆ ਵੀ ਕੀ ਗੱਲਬਾਤ ਹੋਈ, ਉਹ ਕਹਿੰਦੇ ਵੀ ਪਤਾ ਲੱਗਿਆ ਉਤੋਂ ਵੀ ਤੁਹਾਡੀ ਜਿਹੜੀ ਨੂੰਹ ਆ ਮੁੰਡੇ ਦੀ ਘਰ ਵਾਲੀ, ਹਾਂਜੀ, ਤਾਂ ਉਹਨੇ ਕੋਈ ਕਿਸੇ ਨਾਲ ਨਜਾਇਜ਼ ਸੰਬੰਧ ਸੀ ਜੀ, ਅਤੇ ਉਹਨਾਂ ਨੇ ਉਹਨੇ ਨਾਲ ਮਿਲ ਕੇ ਤੁਹਾਡੇ ਮੁੰਡੇ ਦਾ ਕਤਲ ਕਰਨਾ। ਕੀ ਨਾਂ ਸੀ ਤੁਹਾਡੀ ਉਹਨਾਂ ਦਾ ਜਿਹੜੀ ਤੁਹਾਡੇ ਮੁੰਡੇ ਦੀ ਕੋਈ ਘਰ ਵਾਲੀ ਸੀ ਉਹਦਾ ਨਾਂ ਕੀ ਸੀ? ਉਹਦਾ ਨਾਂ ਤਾਂ ਜੀ ਮੈਨੂੰ ਕੀ ਨਾਂ ਦੱਸਿਆ ਤੁਸੀਂ? ਉਹਦਾ ਨਾਂ ਜਸਵੀਰ ਸਿੰਘ, ਜਸਵੀਰ ਕੌਰ ਤਾਂ ਜੀ। ਜਸਵੀਰ ਕੌਰ ਅਤੇ ਮੁੰਡੇ ਦਾ ਨਾਂ ਕੀ ਸੀ? ਮੁੰਡੇ ਦਾ ਨਾਂ ਹਰਜੀਤ ਸਿੰਘ ਤਾਂ ਜੀ। ਹਰਜੀਤ ਸਿੰਘ ਆ ਜੀ। ਕੀ ਕਿਸ ਚੀਜ਼ ਨਾਲ ਵਾਰ ਕੀਤਾ ਜੀ ਉਹਨਾਂ ਨੇ ਇਸ ਚੀਜ਼ ਦਾ? ਉਹਨਾਂ ਨੇ ਜੀ ਸਿਰ 'ਤੇ ਟੱਕ ਲਾਏ ਹੋਏ ਆ, ਦਾਹ ਦਾਹ ਦੇ ਦਾਹ ਦੇ ਦਾਹ ਮਤਲਬ ਕੀ? ਕੋਈ ਮੰਨ ਲਓ ਕੋਈ ਤਿੱਖੀ ਚੀਜ਼ ਨਾਲ, ਲੋਹੇ ਦੀ ਕੋਈ ਚੀਜ਼? ਹਾਂਜੀ, ਲੋਹੇ ਤਿੱਖੀ ਚੀਜ਼ ਨਾਲ ਟੱਕ ਲਾਏ ਹੋਏ ਆ ਅਤੇ ਦੋ ਕੁੰਗਲ ਉਹਦੇ ਵਿੱਚ ਸਿਰ ਦੇ ਵਿੱਚ ਪੈ ਰਹੇ ਆ। ਉਹਦੀ ਮੇਰੇ ਕੋਲ ਫੋਟੋ ਵੀ ਆ ਖਿੱਚੀ ਹੋਈ ਇਸ ਟਾਈਮ ਜੀ, ਅਤੇ ਇੱਦਾਂ ਵਾਰਦਾਤ ਹੋਈ ਹੈ ਜੀ। ਅਤੇ ਤੁਹਾਨੂੰ ਕਿਸ ਟਾਈਮ ਪਤਾ ਲੱਗਿਆ ਵੀ ਇਹ ਜਦੋਂ ਇੱਥੇ ਵਾਰਦਾਤ ਹੋਈ? ਸਾਨੂੰ ਤਕਰੀਬਨ 10 ਵਜੇ ਪਤਾ ਲੱਗਿਆ ਜੀ। 10:30 ਵਜੇ ਕੀ ਇੱਥੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ? ਪ੍ਰਸ਼ਾਸਨ ਵੱਲੋਂ ਪੂਰੀ ਕਾਰਵਾਈ ਕਰੀ ਗਈ ਜੀ। ਪ੍ਰਸ਼ਾਸਨ ਟਾਈਮ 'ਤੇ ਉਰੇ, ਸਗੋਂ ਇਹਨਾਂ ਨੇ ਨਹੀਂ ਤਾਂ ਮੇਰੇ ਖਿਆਲ 'ਚ ਦਾਗ ਲਾ ਦੇਣਾ ਸੀ ਪਰਿਵਾਰ ਨੇ। ਅੱਛਾ ਜੀ। ਅਤੇ ਕੁੜੀ ਨੇ ਆਪਣੇ ਮਿਲ ਕੇ ਤੁਹਾਨੂੰ ਇਸ ਚੀਜ਼ ਬਾਰੇ ਜਾਣਕਾਰੀ ਹੈਗੀ ਆ ਵੀ ਕਿਸ ਬੰਦੇ ਨਾਲ ਉਹਨਾਂ ਦੇ ਨਜਾਇਜ਼ ਸੰਬੰਧ ਸੀ ਜਾਂ ਜੋ ਵੀ? ਦੇਖੋ, ਅਸੀਂ ਤਾਂ ਹੁਣ ਕਾਫੀ ਸਮੇਂ ਤੋਂ ਇਹਨਾਂ ਵਰਤਦੇ ਨਹੀਂ ਹੈਗੇ, ਆਉਂਦੇ ਨਹੀਂ ਤੇ ਉਰੇ, ਇਹ ਜਿਹੜੀ ਹੁਣ ਬਹੂ ਆਈ ਤੀ ਇਹਨਾਂ ਦੇ, ਉਹ ਸਾਡੇ ਨਾਲ ਵਰਤ ਵਰਤਾ ਰੱਖਦੀ ਨਹੀਂ ਤੀ ਕਿਸੇ ਨਾਲ। ਠੀਕ ਹੈ ਜੀ। ਤਾਂ ਕਰਕੇ ਫਿਰ ਅਸੀਂ ਕਾਫੀ ਟਾਈਮ ਤੋਂ ਉਰੇ ਆ ਨਹੀਂ ਤੇ ਰਹੇ, ਅਤੇ ਹੁਣ ਸਾਨੂੰ ਤਾਂ ਕਿਸੇ ਤੋਂ ਉਰੇ ਖਬਰ ਗਈ ਫਿਰ ਪਿੰਡ, ਤਾਂ ਉਰੇ ਫਿਰ ਸਾਰੇ ਰਿਸ਼ਤੇਦਾਰਾਂ ਨੂੰ ਅਸੀਂ ਗਾਹਾਂ ਕਨਫਰਮ ਕਰਿਆ ਜੀ ਵੀ ਇੱਦਾਂ ਦੇ ਇੱਦਾਂ ਵਾਰਦਾਤ ਹੋ ਗਈ, ਤਾਂ ਸਾਰੇ ਰਿਸ਼ਤੇਦਾਰ ਗਿਆ 1-2 ਵਜੇ ਉਰੇ ਆਏ, ਅਤੇ ਪਿੰਡ ਦੇ ਫਿਰ ਪੰਚਾਇਤ ਮੈਂਬਰ ਰਲ ਕੇ ਡੈੱਡ ਬੋਡੀ ਨੂੰ ਰੋਪੜ ਲੈ ਗਏ ਜੀ। ਅੱਛਾ ਜੀ। ਅਤੇ ਪੋਸਟਮਾਰਟਮ ਹੁਣ ਸਵੇਰੇ ਹੋਊਗਾ ਉਹਦਾ। ਠੀਕ ਹੈ। ਅਤੇ ਬਾਕੀ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਆਪਣੀ ਜੋ ਕਾਰਵਾਈ ਬਣਦੀ ਉਹ ਕਰ ਦਿੱਤੀ ਗਈ ਆ, ਅਤੇ ਮੇਰੇ ਖਿਆਲ 'ਚ 302 ਦੀ ਧਾਰਾ ਦੋ ਜਣਿਆਂ 'ਤੇ ਲੱਗ ਗਈ ਆ ਜੀ। ਹਾਂਜੀ। ਅਤੇ ਉਹ ਜਿਹੜਾ ਤੁਸੀਂ ਮੁੰਡਾ ਦੱਸ ਰਹੇ ਹੋ ਜਿਹਦੇ ਨਾਲ ਨਜਾਇਜ਼ ਸੰਬੰਧ ਸੀ, ਉਹ ਕਿੱਥੇ ਕਿਹੜੇ ਪਿੰਡ ਦਾ ਸੀ ਜੀ? ਉਹ ਟੱਪਰੀਆਂ ਦਾ ਸੁਣਿਆ ਗਿਆ ਜੀ ਮੇਰੇ ਖਿਆਲ 'ਚ, ਟੱਪਰੀਆਂ ਦਾ ਪੁਲਿਸ ਨੇ। ਅੱਛਾ, ਪੁਲਿਸ ਦੀ ਹਿਰਾਸਤ 'ਚ ਜੀ ਉਹ ਮੁੰਡਾ, ਤੁਹਾਨੂੰ ਕੁਛ ਹੈ ਮਾੜੀ ਮੋਟੀ ਜਾਣਕਾਰੀ ਇਸ ਚੀਜ਼ ਬਾਰੇ? ਨਹੀਂ, ਸਾਨੂੰ ਤਾਂ ਸਵੇਰੇ ਪਤਾ ਲੱਗਿਆ ਜੀ ਵੀ ਉਹਨੇ ਹੀ ਮਰਵਾਇਆ ਕਿਸੇ ਤੋਂ ਮਰਵਾਇਆ ਜੀ? ਹਾਂਜੀ। ਅਤੇ ਤੁਸੀਂ ਇੱਥੇ ਅੱਜ ਹੁਣੇ ਆਏ ਹੋ ਜਾਂ ਕੱਲ੍ਹ ਦੇ ਆਏ ਹੋ? ਨਹੀਂ ਜੀ, ਅਸੀਂ ਤਾਂ ਅੱਜ ਆਏ ਹਾਂ। ਤੁਹਾਨੂੰ ਇਸ ਚੀਜ਼ ਬਾਰੇ ਕੋਈ ਪਤਾ ਨਹੀਂ? ਨਾ ਜੀ, ਅਸੀਂ ਪਤਾ ਲੱਗੇ ਤਾਂ ਆਏ ਹਾਂ ਵੀ ਮਾਰਤਾ ਸਾਨੂੰ, ਬੰਦਿਆਂ ਤੋਂ ਪਤਾ ਲੱਗਿਆ ਕਈ ਤੋਂ, ਹੁਣ ਫਿਰ ਅਸੀਂ ਤਾਂ ਹੀ ਆਏ ਹਾਂ ਜੀ। ਜਦੋਂ ਇਸ ਦੀ ਸੂਚਨਾ ਸ਼੍ਰੀ ਚਮਕੌਰ ਸਾਹਿਬ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ, ਤਾਂ ਕੁਝ ਘੰਟਿਆਂ ਵਿੱਚ ਹੀ ਮ੍ਰਿਤਕ ਦੀ ਪਤਨੀ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਉਸਨੇ ਆਪਣੇ ਆਸ਼ਿਕ ਨਾਲ ਮਿਲ ਕੇ ਇੱਕ ਤੇਜ਼ਧਾਰ ਹਥਿਆਰ ਦੇ ਨਾਲ ਆਪਣੇ ਪਤੀ ਦਾ ਕਤਲ ਕੀਤਾ ਹੈ। ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਾਰਦਾਤ ਵਿੱਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਦੇਖੋ ਜੀ, ਹਰਜੀਤ ਸਿੰਘ ਨਾਮ ਦਾ ਕੋਈ ਨੌਜਵਾਨ ਹੈ ਜਿਹਦਾ ਕਤਲ ਹੋਇਆ, ਸ਼ਾਦੀਸ਼ੁਦਾ ਸੀਗਾ, ਬੱਚੇ ਵੀ ਹੈਗੇ ਨੇ, ਅਤੇ ਰਾਤ ਇਹਦਾ ਅਰਲੀ ਮੋਰਨਿੰਗ ਤੜਕੇ ਕਹਿ ਸਕਦੇ ਹਾਂ ਹਨੇਰੇ ਵਿੱਚ ਇਹਦਾ ਕਤਲ ਹੋਇਆ ਸੀਗਾ। ਇਹਦੇ ਬਾਰੇ ਸਾਨੂੰ ਤਲਾਹ ਮਿਲੀ ਸੀਗੀ, ਤਾਂ ਜਦੋਂ ਤਲਾਹ ਮਿਲੀ ਤਾਂ ਨਾਲ ਦੀ ਨਾਲ ਹੀ ਅਸੀਂ ਉਹਦੇ 'ਤੇ ਕਾਰਵਾਈ ਕਰਦਿਆਂ ਹੋਇਆ, ਜਿਹੜਾ ਕਾਤਲ ਹੈਗਾ ਕੁਲਵਿੰਦਰ ਸਿੰਘ ਅਤੇ ਇਹਦੀ ਵਾਈਫ ਜਿਹੜੀ ਹੈ, ਅਲਟੀਮੇਟਲੀ ਉਹਨੂੰ ਟਰੇਸ ਕੀਤਾ ਕਿ ਕਤਲ ਜਿਹੜਾ ਹੋਇਆ ਉਹਨਾਂ ਦੋਨਾਂ ਨੇ ਰਲ ਕੇ ਆਪਣੀ ਸਾਜ਼ਿਸ਼ ਅਧੀਨ ਕਤਲ ਕੀਤਾ। ਅਤੇ ਸਰ ਇਹਦਾ ਕੀ ਲੱਗਿਆ ਜੀ ਤੁਹਾਨੂੰ ਇਸ ਬਾਰੇ ਜੀ, ਕੀ ਇਹਨਾਂ ਦੀ ਕੋਈ ਪਰਸਨਲ ਰੰਜਸ ਸੀ ਜਾਂ ਕੁਛ, ਜਾਂ ਫਿਰ ਇਹਨਾਂ ਦਾ ਕੋਈ ਪ੍ਰੇਮ ਚੱਲ ਰਿਹਾ ਸੀ? ਇਹਦੇ ਵਿੱਚ ਜਿਹੜੀ ਲੇਡੀ ਹੈਗੀ ਆ ਮਰਨ ਵਾਲੇ ਦੀ ਵਾਈਫ, ਉਹਦੇ ਇਲਿਸਿਟ ਰਿਲੇਸ਼ਨ ਸੀਗੇ ਇਹਦੇ ਕੁਲਵਿੰਦਰ ਸਿੰਘ ਨਾਲ ਜੀ, ਉਸੇ ਗੱਲ ਨੂੰ ਲੈ ਕੇ ਇਹਨਾਂ ਦਾ ਪਹਿਲਾਂ ਵੀ ਕੋਈ ਤਣਾਅ ਰਹਿੰਦਾ ਸੀ ਆਪਸ ਦੇ ਵਿੱਚ, ਉਹ ਜਿਹੜਾ ਮਰਨ ਵਾਲਾ ਹੈਗਾ ਹਰਜੀਤ, ਇਹਨੇ ਇੱਕ ਡਿਸਕਲੋਜਰ ਵੀ ਕੀਤਾ ਸੀਗਾ ਆਪਣੇ ਕਿਸੇ ਰਿਸ਼ਤੇਦਾਰ ਕੋਲ ਵੀ ਮੈਂ ਇਸ ਗੱਲ ਤੋਂ ਪਰੇਸ਼ਾਨ ਹਾਂ ਵੀ ਮੇਰੀ ਵਾਈਫ ਦੇ ਤਾਂ ਰਿਲੇਸ਼ਨ ਹੈਗੇ ਨੇ, ਅਤੇ ਉਹ ਹੋ ਸਕਦਾ ਕਿਤੇ ਮੇਰਾ ਕੋਈ ਨੁਕਸਾਨ ਵੀ ਨਾ ਕਰ ਦੇਵੇ, ਅਤੇ ਉਹ ਆਵਾਜ਼ ਨਹੀਂ ਆ ਰਹੀ ਇਸ ਚੀਜ਼ ਤੋਂ ਵਜਿਦਾ।
अल्टीमेटली उही गल हुई वह शक जरा वे भारू होया तो मौत हुई ये कतल हो गया। सर सुनने से भी है जी पहला उन्होंने अपने सहुरा साहब का भी कुछ कारण डैथ चक्कर हो गया इन्वेस्टिगेशन का मैटर है जी फर्दर क्योंकि असं अजे फर्दर केस रजिस्टर करके जस्ट अजे अभी कार्रवाई शुरू कर रहे हैं तो जो कोई जो योजा डिस्कलेयर इन्वेस्टिगेशन आएगा तो पार्ट ऑफ इन्वेस्टिगेशन है असं ऑलरेडी जो जिम्मे चल रही है तफ्तीश लैके अभी जो बनती कार्रवाई वो करा। तो सर तुम्हें किधारा अधीन इन्होंने केस दर्ज की ये फिलहाल 302/34 IPC केस अस रजिस्टर किया मुताबिक अस कार्रवाई कर रहे हैं। धन्यवाद। रूपनगर तो जतिंदरपाल सिंह क्लेयर की रिपोर्ट। We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to affect positive change around them.